ਫਾਜ਼ਿਲਕਾ ਦੇ ਪੂਰਵ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਪੂਰਵ ਸਿਹਤ ਮੰਤਰੀ ਰਹਿ ਚੁੱਕੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜ਼ਿਲਕਾ ਨਗਰ ਪ੍ਰੀਸ਼ਦ ਵਿੱਚ ਬੁਲਾਈ ਗਈ ਪ੍ਰੈਸ ਵਾਰਤਾ ਦੇ ਦੌਰਾਨ ਆਪਣੇ ਵਰਕਰਾਂ ਨੂੰ ਪੂਰੇ ਜੋਸ਼ ਦੇ ਨਾਲ ਚੁਣਾਵਾਂ ਦੀ ਤਿਆਰੀਆਂ ਕਰਨ ਲਈ ਕਹਿੰਦੇ ਹੋਏ ਸੁਣਿਆ ਗਿਆ। ਜ਼ਿਕਰਯੋਗ ਹੈ ਕਿ ਫਾਜ਼ਿਲਕਾ ਦੇ ਪੂਰਵ ਵਿਧਾਇਕ ਵੱਲੋਂ ਫਾਜ਼ਿਲਕਾ ਦੇ ਮੌਜੂਦਾ MLA ਦਵਿੰਦਰ ਸਿੰਘ ਉਭਾਇਆ ਦੇ ਖਿਲਾਫ ਚੁਣਾਵ ਕਮਿਸ਼ਨ ਅਤੇ ਸਰਕਾਰ ਨੂੰ ਧੋਖਾ ਦੇਣ ਦੇ ਆਰੋਪ ਲਗਾਉਂਦੇ ਹੋਏ ਕਿਹਾ ਸੀ ਕਿ ਚੁਣਾਵ ਲੜਨ ਦੇ ਲਈ ਜੋ ਉਮੀਦਵਾਰ ਦੀ ਉਮਰ 25 ਵਰਸ਼ ਹੋਣੀ ਚਾਹੀਦੀ ਹੈ, ਲੇਕਿਨ ਦਵਿੰਦਰ ਘੁਬਾਇਆ ਵੱਲੋਂ 23 ਵਰਸ਼ ਦੀ ਉਮਰ ਵਿੱਚ ਗਲਤ ਸਰਟੀਫਿਕੇਟ ਦੇ ਕੇ ਚੁਣਾਵ ਲੜਿਆ ਗਿਆ ਹੈ ਅਤੇ ਜਿਸ ਦੇ ਖਿਲਾਫ ਉਹਨਾਂ ਨੇ ਅਦਾਲਤ ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ ਅਤੇ ਅਦਾਲਤ ਵਿੱਚ ਉਹਨਾਂ ਦੇ ਚੁਣਾਵ ਦੇ ਦੌਰਾਨ ਉਮਰ 23 ਸਾਲ ਦੀ ਹੋਣ ਦੇ ਸਬੂਤ ਦਿੱਤੇ ਗਏ ਹਨ। ਅਗਰ ਉਹਨੇ ਗਲਤੀ ਕੀਤੀ ਹੈ ਤਾਂ ਸਜ਼ਾ ਪਾਣੀ ਪੈਣੀ ਹੈ, ਕਾਨੂੰਨ ਵੀ ਤਾਂ ਕੋਈ ਚੀਜ਼ ਹੋਣੀ ਹੈ, ਤਾਂ ਕਾਨੂੰਨ ਤਾਂ ਕਿਸੇ ਨੂੰ ਨਹੀਂ ਬਖਸ਼ਦਾ, ਭਾਵੇਂ MLA ਹੋਵੇ ਭਾਵੇਂ ਰਾਜਾ ਮਹਾਰਾਜਾ ਨੂੰ ਨਹੀਂ ਬਖਸ਼ਦਾ ਕਾਨੂੰਨ ਦਾ। ਕਾਨੂੰਨ ਨੇ ਤਾਂ ਇੰਦਰਾ ਗਾਂਧੀ ਨੂੰ ਨਹੀਂ ਬਖਸ਼ਿਆ, ਚੰਨ ਸਿੰਘ ਨੂੰ ਨਹੀਂ ਬਖਸ਼ਿਆ, ਕਿਸੇ ਨੇ ਉੱਥੋਂ ਦੀ ਇੰਦਰਾ ਗਾਂਧੀ ਦਾ ਵੀ ਕੈਂਸਲ ਹੋਇਆ ਸੀ। ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ, ਕਾਨੂੰਨ ਸਭ ਤੋਂ ਵੱਡਾ ਹੈ। ਅਗਰ ਗਲਤ ਕੰਮ ਕੀਤਾ ਹੈ, ਉਹਨਾਂ ਨੂੰ ਗਿਲਤੀ ਹੈ, ਤਾਂ ਕੋਰਟ ਨੇ ਦੇਖਣਾ ਉਹ ਤਾਂ ਕਿਹੜੀ ਗੱਲ। ਜਿਹੜਾ ਕੋਰਟ ਕੇਸ ਤੁਹਾਡਾ ਚਾਹੁੰਦੇ ਉਹਦੇ 'ਚ ਕੀ ਤੁਹਾਡੇ ਵੱਲੋਂ ਸਬੂਤ ਪੇਸ਼ ਕੀਤੇ ਗਏ ਅਤੇ ਕੀ ਦਲੀਲ ਦਿੱਤੀ ਗਈ ਕੋਰਟ ਨੂੰ? ਦੇਖੋ, ਉਹਦੀ ਉਮਰ ਬਣਦੀ 23 ਸਾਲ ਦੀ ਜਦੋਂ ਉਹਨੇ ਫਾਰਮ ਭਰਿਆ, ਉਹ 25 ਹੋਣਾ ਜ਼ਰੂਰੀ ਹੈ। ਅਸੀਂ ਕਰਦੇ ਹਾਂ ਵੀ ਉਹ 23 ਦਾ ਸੀਗਾ, ਉਹ ਕਹਿੰਦਾ 25 ਦਾ, ਤਾਂ ਜੋ ਕੋਰਟ ਨੇ ਪਰੂਫ ਲਏ, ਕੋਰਟ ਨੇ ਫੈਸਲਾ ਦੇਣਾ ਜੋ ਦੇਊਗੀ। ਹੁਣ ਤਾਂ ਬਖਲਾਏ ਹੋਏ ਆ ਵੀ ਅਸੀਂ ਜਿਹੜੀ ਇਹ ਸੀਟ ਜਿਹੜੀ BJP ਵਾਲੀ ਇੱਥੋਂ ਹਾਰ ਗਏ ਹਾਂ, ਸੋ ਇਸ ਕਰਕੇ ਉਹ ਇੱਦਾਂ ਦੇ ਸ਼ਬਦ ਯੂਜ਼ ਕਰਦੇ। ਸੋ ਉਹਨਾਂ ਨੂੰ ਸਾਨੂੰ ਸੋਚਣਾ ਚਾਹੀਦਾ ਵੀ ਕਿਹਨਾਂ ਦੇ ਖਿਲਾਫ ਉਹ ਬੋਲ ਰਹੇ। ਸੋ ਇਹ ਤਾਂ ਉਹਨਾਂ ਆਪਦੀ ਉਹਨਾਂ ਦੀ ਸਿਆਣਪ ਹੋਣੀ ਚਾਹੀਦੀ ਵੀ ਸਹੀ ਬੋਲ। ਦੇਖੋ, ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਪਟੀਸ਼ਨ ਪਾਈ ਹੋਈ ਹੈ ਵੀ ਉਹ ਇਲੈਕਸ਼ਨ ਦੁਬਾਰਾ ਹੋਊਗਾ, ਪਰ ਜਦੋਂ ਸਾਰਾ ਕੁਝ ਸਹੀ ਹੈ, ਕੋਰਟ ਨੇ ਫੈਸਲਾ ਕਰਨਾ, ਜਦੋਂ ਕੋਰਟ ਫੈਸਲਾ ਕਰੂਗੀ ਉਹ ਸਾਰਿਆਂ ਦੇ ਸਾਹਮਣੇ ਹੋਊਗਾ। ਉਹਨਾਂ ਨੇ ਇਹ ਵੀ ਕਿਹਾ ਸਰ, ਜਿਹੜਾ ਤੁਹਾਡੇ ਵੱਲੋਂ ਸਰਟੀਫਿਕੇਟ ਦਿੱਤਾ ਗਿਆ ਸੀ ਉਸ ਟਾਈਮ ਤੁਹਾਡੀ ਏਜ 23 ਸਾਲ ਸੀਗੀ? ਨਹੀਂ ਜੀ, ਉਹ ਤਾਂ ਸਾਰਾ ਇਲੈਕਸ਼ਨ ਕਮਿਸ਼ਨ ਨੇ ਚੈੱਕ ਕਰਕੇ ਜਿਹੜੀ ਸਾਡੀ ਦਰਖਾਸਤ ਸੀ ਅਸੈਪਟ ਕੀਤੀ ਸੀ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।